हेलो स्टूडेंट्स वेलकम हेयर अगेन ऑन माई चैनल जानकारी हित माई सैल्फ हित अभिलाषी शर्मा एक बार फिर थोड़ी जानकारी दे वीडियो है रिगार्डिंग फंडामेंटल्स ऑफ ई बिजनेस वेरी इंपॉर्टेंट सब्जेक्ट ऑन विच वी आर गोइंग टू डिस्कस एलिमेंट्स ऑफ कंप्यूटर सिस्टम दैट इज द मेन कंपोनेंट ऑफ टूडेज वीडियो एलिमेंट्स ऑफ कंप्यूटर सिस्टम कंप्यूटर प्रणाली के तत्के ਅਸੀਂ ਗੱਲ ਕਰਾਂਗੇ ਕੰਪਿਊਟਰ ਕੀ ਹੈ ਉਹਦੀਆਂ ਐਡਵਾਂਟੇਜਸ ਔਰ ਫੀਚਰਸ ਕੀ ਨੇ ਲਿਮਿਟੇਸ਼ਨਸ ਕੀ ਨੇ ਤੇ ਉਸ ਤੋਂ ਵੱਡੀ ਬਹੁਤ ਹੀ ਇੰਪੋਰਟੈਂਟ ਗੱਲ ਅਸੀਂ ਕਰਾਂਗੇ ਆਬਾਊਟ ਕੰਪਿਊਟਰ ਹਿਸਟਰੀ ਕੰਪਿਊਟਰ ਹਿਸਟਰੀ ਮਤਲਬ ਆਸ ਤੋਂ 60 ਸਾਲ ਪਹਿਲਾਂ ਕੰਪਿਊਟਰ ਦਾ ਪ੍ਰੋਸੈਸ ਕਿਵੇਂ ਸ਼ੁਰੂ ਹੋਇਆ ਸੀ ਹੁਣ ਤੱਕ ਕਿਵੇਂ ਪਹੁੰਚਿਆ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਅੰਡਰ ਡਿਫਰੈਂਟ ਜਨਰੇਸ਼ਨਸ ਆਫ ਕੰਪਿਊਟਰ ਓਕੇ 让我们 ਮੂਵ ਹੈਡ ਵਿਦ ਮੀ ਫਾਰ ਟੂ ਡੇਸ ਕੰਟੈਂਟ ਬਟ ਵਨ ਥਿੰਗ ਇਜ਼ ਕਲੀਅਰ ਟੂ 올 ਆਫ ਯੂ ਜਦੋਂ ਵੀਡੀਓ ਦੇਖਣੀ ਹੈ ਤਾਂ ਫੁੱਲ ਸਕਰੀਨ ਤੇ ਦੇਖੋ ਕੰਟੈਂਟ ਕਲੀਅਰ ਹੋਏਗਾ ਕੰਪਲੀਟ ਵੀਡੀਓ ਦੇਖੋ ਐਂਡ ਯੂ ਵਿਲ ਇੰਜੋਏ ਲੋਰਡ ਐਂਡ ਯੂ ਵਿਲ ਮੇਕ ਯੋਰ ਨੋਲੇਜ ਪਰਮਨੈਂਟ ਯਾ ਸਟੂਡੈਂਟ ਪਹਿਲਾਂ ਬਰੀਫਲੀ ਮੈਨੂੰ ਪਤਾ ਤੁਸੀਂ ਜਾਣਦੇ ਹੋ ਇਸ ਲੈਵਲ ਦੇ ਉੱਤੇ ਆ ਕੇ ਕੰਪਿਊਟਰ ਕੀ ਹੈ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ অর ਮਸ਼ੀਨ ਵਿਚ ਪਰਫਾਰਮਸ ਟਾਸਕਸ ਲਾਈਕ ਕੈਲਕੂਲੇਸ਼ਨਸ ਕਮਿਊਨੀਕੇਸ਼ਨ ਐਟ ਸਟਰਾ ਇਟ ਟੇਕਸ ਇਨਸਟਰਕਸ਼ਨਸ ਐਂਡ ਡਾਟਾ ਫਰੋਮ ਯੂਜ਼ਰ ਐਜ਼ ਇਨਪੁਟ ਸਟੋਰਸ ਦਾ ਡਾਟਾ ਪ੍ਰੋਸੈਸਸ ਦਾ ਡਾਟਾ ਐਂਡ ਜਨਰੇਟਸ ਆਊਟਪੁਟ ਬੜੀ ਸਿੰਪਲ ਜੀ ਗੱਲ ਐ ਕੰਪਿਊਟਰ ਇੱਕ ਇਲੈਕਟ੍ਰੋਨਿਕ ਉਪਕਰਣ ਜਾਂ ਮਸ਼ੀਨ ਐ ਜੋ ਗੱਨਾ ਦਾ ਕੰਮ ਕਰਦਾ ਐ ਕਮਿਊਨੀਕੇਸ਼ਨ ਦਾ ਕੰਮ ਕਰਦਾ ਐ ਤੇ ਹੋਰ ਬਹੁਤ ਸਾਰੇ ਕੰਮ ਕਰਦਾ ਐ ਸਾਰੇ ਜਾਣਦੇ ਹੋ ਇਹ ਜੋ ਕੰਪਿਊਟਰ ਦਾ ਯੂਜ਼ਰ ਹੈ ਉਹਦੀ ਵਰਤੋਂ ਕਰਨ ਵਾਲਾ ਉਸ ਤੋਂ ਇਨਸਟਰਕਸ਼ਨਸ ਲੈਂਦਾ ਹੈ ਨਿਰਦੇਸ਼ ਪ੍ਰਾਪਤ ਕਰਦਾ ਹੈ ਤੇ ਜੋ ਡਾਟਾ ਹੈ ਇਨਪੁਟ ਦੇ ਰੂਪ ਦੇ ਵਿੱਚ ਉਹਨੂੰ ਉਹਦੇ ਵਿੱਚ ਇਨਪੁਟ ਕਰਦਾ ਇਨਸਰਟ ਕਰਦਾ ਉਸ ਤੋਂ ਬਾਅਦ ਕੰਪਿਊਟਰ ਨੇ ਕੀ ਕਰਨਾ ਹੈ ਡਾਟਾ ਰੀਸੀਵ ਕਰਨ ਤੋਂ ਬਾਅਦ ਉਸ ਡਾਟਾ ਨੂੰ ਸਟੋਰ ਕਰਨਾ ਹੈ ਪ੍ਰੋਸੈਸਿੰਗ ਕਰਨੀ ਹੈ ਤੇ ਆਉਟਪੁੱਟ ਤਿਆਰ ਕਰਕੇ ਉਹਦੇ ਯੂਜ਼ਰ ਨੂੰ ਪ੍ਰੋਵਾਈਡ ਕਰਨਾ ਹੈ ਤਾਂ ਕੰਪਿਊਟਰ ਇੱਕ ਇਹੋ ਜਿਹਾ ਡਿਵਾਈਸ ਹੈ ਸਮਝ ਲੱਗੀ ਮੇਰੀ ਗੱਲ ਇਸ ਤੋਂ ਇਲਾਵਾ ਧਿਆਨ ਰੱਖੋ ਕੰਪਿਊਟਰ ਪਰਫਾਰਮਸ ਅ ਵਾਈਡ ਵਰਾਇਟੀ ਆਫ ਐਕਟੀਵਿਟੀਜ਼ ਥੀਜ਼ ਐਕਟੀਵਿਟੀਜ਼ ਆ ਰਲਾਈਅਬਲ ਐਕੂਰੇਟ ਐਂਡ ਇਨ ਮੋਰ ਕਿਕਵੇ ਕੰਪਿਊਟਰ ਜੋ ਵੀ ਕੰਮ ਕਰਦਾ ਤੇਜ਼ੀ ਨਾਲ ਕਰਦਾ ਐਕੂਰੇਟ ਕਰਦਾ ਹੈ ਕਲੀਅਰ ਨੈਕਸਟ ਕੈਰੈਕਟ੍ਰਿਸਟਿਕਸ ਫੀਚਰਸ অর ਐਡਵਾਂਟੇਜ অর ਬੈਨੀਫਿਟਸ ਆਫ ਕੰਪਿਊਟਰ ਕੰਪਿਊਟਰ ਦੇ ਫਾਇਦੇ ਫਾਇਦੇ ਨੇ ਆਓ ਗੱਲ ਕਰੀਏ ਐਕੂਰੇਸੀ ਦੀ ਜੇਕਰ ਇਹਦਾ ਯੂਜ਼ਰ ਇਹਦੇ ਵਿੱਚ ਸਹੀ ਡਾਟਾ ਇਨਸਰਟ ਕਰਦਾ ਤਾਂ ਇੱਕ ਸ਼ੁੱਧਤਾ ਵਾਲੀ ਇਨਫੋਰਮੇਸ਼ਨ ਮਿਲਦੀ ਹੈ ਐਕੂਰੇਟਲੀ ਕੰਮ ਕਰਦਾ ਹੈ ਮਨੁੱਖ ਦੀ ਤਰ੍ਹਾਂ ਗਲਤੀ ਹੋਣ ਦੀ ਸੰਭਾਵਨਾ ਮ ਨਹੀਂ ਹੁੰਦੀਆਂ ਹਵਾ ਸਪੀਡ ਕਿ ਕੰਪਿਊਟਰ ਨੂੰ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਗੱਲ ਕਰਦੇ ਸੀ ਕੰਪਿਊਟਰ ਮੀਨਸ ਇਹ ਕੰਪਿਊਟ ਵਰਡ ਤੋਂ ਲਿਆ ਗਿਆ ਜਿਸ ਦਾ ਮਤਲਬ ਹੈ ਗਣਨਾ ਕਰਨਾ ਅਸੀਂ ਜਾਣਦੇ ਹਾਂ ਕਿ ਹੁਣ ਕੰਪਿਊਟਰ ਕੱਲੀ ਗਣਨਾ ਨਹੀਂ ਕਰਦਾ ਬਹੁਤ ਸਾਰੇ ਕੰਮ ਕਰਨ ਲੱਗ ਗਿਆ ਜੋ ਵੀ ਕੰਮ ਕਰਦਾ ਹੈ ਫਾਸਟਲੀ ਕਰਦਾ ਹੈ ਤੇਜ਼ ਗਤੀ ਦੇ ਨਾਲ ਕਰਦਾ ਹੈ ਜਿਸ ਦਾ ਬਹੁਤ ਵੱਡਾ ਬਹੁਤ ਜ਼ਿਆਦਾ ਫਾਇਦਾ ਸਮੁੱਚੇ ਜਿਹੜਾ ਵਰਡ ਹੈ ਉਹਨੂੰ ਮਿਲ ਰਿਹਾ ਹੈ ਲਾਰਜ ਸਟੋਰੇਜ ਕੈਪੈਸਿਟੀ ਕੰਪਿਊਟਰ ਦੇ ਵਿੱਚ ਡਾਟਾ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਵੱਡੀ ਸਟੋਰੇਜ ਕੈਪੈਸਿਟੀ ਹੁੰਦੀ ਹੈ ਟਾਈਮ ਦੇ ਵਿਤਨ ਦੇ ਨਾਲ ਕੰਪਿਊਟਰ ਦੀ ਸਟੋਰੇਜ ਕੈਪੈਸਿਟੀ ਵੀ ਵੱਧ ਰਹੀ ਹੈ ਨੈਕਸਟ ਰਿਟ੍ਰਾਈਵਲ ਆਫ ਇਨਫੋਰਮੇਸ਼ਨ ਯਸ ਕਿਸੇ ਵੀ ਟਾਈਪ ਦੀ ਜਿਹੜੀ ਜਾਣਕਾਰੀ ਹੈ ਉਹਨੂੰ ਅਸੀਂ ਰਿਟ੍ਰਾਈਵ ਕਰ ਸਕਦੇ ਹਾਂ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ ਬੜੇ ਆਰਾਮ ਦੇ ਨਾਲ ਡਿਪੈਂਡ ਕਰਦਾ ਹੈ ਕਿ ਯੂਜ਼ਰ ਨੂੰ ਕੰਪਿਊਟਰ ਦੇ ਜਿਹੜੇ ਫੰਕਸ਼ਨਸ ਨੇ ਉਹਦੇ ਬਾਰੇ ਉਹ ਕਲੀਅਰ ਹੋਵੇ ਤਾਂ ਕਿਸੇ ਵੀ ਟਾਈਪ ਦੀ ਇਨਫੋਰਮੇਸ਼ਨ ਨੂੰ ਕੰਪਿਊਟਰ ਦੇ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜੋ ਇਨਫੋਰਮੇਸ਼ਨ ਕੰਪਿਊਟਰ ਸਟੋਰ ਕਰਦੀ ਇਵਨ ਤੁਸੀਂ ਉਹਨੂੰ ਸਾਲਾਂ ਤੋਂ ਬਾਅਦ ਵੀ ਮਹੀਨਿਆਂ ਤੋਂ ਬਾਅਦ ਸਾਲਾਂ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਲੰਬੇ ਸਮੇਂ ਤੱਕ ਇਨਫੋਰਮੇਸ਼ਨ ਨੂੰ ਸਟੋਰ ਕਰਕੇ ਰੱਖਦਾ ਹੈ ਇਜ਼ੀ ਟੂ ਕਮਿਊਨੀਕੇਟ ਗੱਲਬਾਤ ਕਰਨੀ ਹੈ ਕਿਸੇ ਨਾਲ ਕਮਿਊਨੀਕੇਸ਼ਨ ਕਰਨੀ ਹੈ ਸੂਚਨਾ ਦਾ ਆਦਾਨ ਪ੍ਰਦਾਨ ਕਰਨਾ ਹੈ ਇਟਸ ਵਨ ਆਫ ਦਾ ਬੈਸਟ ਮੈਥਡ অর ਵੇ অর ਡਿਵਾਈਸ ਟੂ ਯੂਜ਼ ਕੰਪਿਊਟਰ ਟੂ ਕਮਿਊਨੀਕੇਟ ਵਰਸਟਾਈਲਿਟੀ ਕੰਪਿਊਟਰ ਸੱਚ ਮੁੱਚ ਵਰਸਟਾਈਲ ਹੈ ਬਹੁਤ ਸਾਰੇ ਕੰਮ ਕਰਦਾ ਕੋਈ ਇੱਕ ਕੰਮ ਨਹੀਂ ਕਰਦਾ ਕੋਈ ਇੱਕ ਚੀਜ਼ ਚ ਪਰਫੈਕਸ਼ਨ ਨਹੀਂ ਹੈ ਜਿੰਨੇ ਇਸ ਸਾਫਟਵੇਅਰ ਹੋਣਗੇ ਜਿੰਨਾ ਵਧੀਆ ਦਾ ਪ੍ਰੋਸੈਸਰ ਹੋਏਗਾ ਵਸਟਾਈਲ ਨੰਬਰ ਆਫ ਐਕਟੀਵਿਟੀਜ਼ ਇਨਏ ਕੀਪ 온 ਡੂਇੰਗ ਕਰਦੇ ਰਹਿਣਾ ਕਰਦੇ ਰਹਿਣਾ ਇੱਕੋ ਟਾਈਮ ਦੇ ਵਿੱਚ ਕਈ ਕਈ ਕੰਮ ਕਰ ਸਕਦਾ ਫਿਲਮ ਵੀ ਦੇਖ ਸਕਦੇ ਹੋ ਤੁਸੀਂ ਇਧਰੋਂ ਤੁਸੀਂ ਕਿਸੇ ਨੂੰ ਲੈਕਚਰ ਵੀ ਸੁਣ ਸਕਦੇ ਹੋ ਡਿਪੈਂਡਸ ਅਪਨ ਤੁਸੀਂ 뮤ਜ਼ਿਕ ਸੁਣ ਸਕਦੇ ਹੋ ਡਾਕੂਮੈਂਟ ਤਿਆਰ ਕਰ ਸਕਦੇ ਹੋ ਫਾਈਲਸ ਬਣਾ ਸਕਦੇ ਹੋ ਵਸਟਾਈਲ ਐਕਟੀਵਿਟੀਜ਼ ਕੈਨ ਡੂ ਐਟ ਆ ਸਿੰਗਲ ਟਾਈਮ ਇਸ ਤੋਂ ਇਲਾਵਾ ਨੈਕਸਟ ਹੈ ਡਿਲੀਜੈਂਟ ਕੰਪਿਊਟਰ ਮੈਨ ਵੀ ਬਹੁਤ ਹੈ ਹਾਰਡ ਵਰਕਰ ਹੈ ਵੀ ਸਾਡੇ ਦੀ ਤਰ੍ਹਾਂ ਥੱਕਦਾ ਨਹੀਂ ਹੈ ਯੈਸ ਵੀ ਕੈਨ ਯੂਜ਼ ਕੰਪਿਊਟਰ ਫॉर ਲੌਂਗ ਟਾਈਮ ਮਸ਼ੀਨ ਹੈ ਅਸੀਂ ਉਹਨੂੰ ਇਨਸਟਰਕਸ਼ਨਸ ਦਿੰਦੇ ਹਾਂ ਐਕੂਰੇਟਲੀ ਤੇ ਇਫੈਕਟਿਵਲੀ ਕਈ ਕਈ ਘੰਟਿਆਂ ਤੱਕ ਲਗਾਤਾਰ ਬਿਨਾ ਥੱਕੇ ਇੱਕ ਹਾਰਡ ਵਰਕਰ ਦੀ ਤਰ੍ਹਾਂ ਇਹ ਕੰਮ ਕਰ ਸਕਦਾ ਹੈ ਨੈਕਸਟ ਵਨ ਹੈ ਇਕਨੋਮਿਕਲ ਇੱਕ ਵਾਰੀ ਜੇਕਰ ਇਨਵੈਸਟਮੈਂਟ ਸਟਾਰਟਿੰਗ ਦੇ ਵਿੱਚ ਲੱਗਦੀ ਆ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਮਹਿੰਗਾ ਹੁੰਦਾ ਹੈ ਨਹੀਂ ਜਦੋਂ ਅਸੀਂ ਕੁਰੀ ਨੂੰ ਯੂਜ਼ ਕਰਨਾ ਸ਼ੁਰੂ ਕਰਦੇ ਹਾਂ ਤੇ ਫਾਇਦੇ ਮਿਲਦੇ ਨੇ ਤਾਂ ਆਲਮੋਸਟ ਇੱਕ ਕਫਾਇਤੀ ਪੈਂਦਾ ਇਕਨੋਮਿਕਲ ਪੈਂਦਾ ਇਹ ਨੈਕਸਟ ਰਿਲਾਈਅਬਲ ਕੰਪਿਊਟਰ ਦੁਆਰਾ ਪ੍ਰਾਪਤ ਕੋਈ ਇਨਫੋਰਮੇਸ਼ਨ ਜੇਕਰ ਅਸੀਂ ਉਸ ਦੀ ਕੁਰੀ ਇਨਸਟਰਕਸ਼ਨਸ ਫੀਡ ਕਰਤੀਆਂ ਬਹੁਤ ਜ਼ਿਆਦਾ ਰਿਲਾਈਅਬਲ ਹੁੰਦੀ ਹੈ ਅਸੀਂ ਉਸ ਤੇ ਪੂਰਾ ਭਰੋਸਾ ਕਰ ਸਕਦੇ ਹਾਂ ਬਟ ਇੱਕ ਗੱਲ ਮੈਂ ਬਾਰ-ਬਾਰ ਕਹਿ ਰਹੇ ਹਾਂ ਜੋ ਅਸੀਂ ਉਹ ਇਨਸਟਰਕਸ਼ਨਸ ਦੇਣੀਆਂ ਨੇ ਦੈਟ ਸ਼ੁੱਡ ਬੀ ਐਕੂਰੇਟ ਓਕੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਫਾਇਦੇ ਨੇ ਤੁਹਾਡੇ ਦਿਮਾਗ 'ਚ ਆ ਰਹੇ ਹੋਣਗੇ ਕੰਪਿਊਟਰ ਦੇ ਸੋ ਫਰੋਮ ਆਲ ਥੀਸ ਕੈਰੈਕਟ੍ਰਿਸਟਿਕਸ ਫੀਚਰਸ অর ਐਡਵਾਂਟੇਜ ਵੀ ਕੈਨ ਸੇ ਕੰਪਿਊਟਰ ਹੈਜ਼ ਬੀਕਮ ਅ ਲਾਈਫਲਾਈਨ ਆਫ ਹਿਊਮਨ ਲਾਈਫ ਇਸ ਦੇ ਬਾਜ਼ੂਦ ਵੀ ਕੁਝ ਲਿਮਿਟੇਸ਼ਨਸ ਵੀ ਨੇ ਕੰਪਿਊਟਰ ਦੀਆਂ ਐਜ਼ ਅ ਡਿਵਾਈਸ ਨੋ ਇੰਟੈਲੀਜੈਂਸ ਕੰਪਿਊਟਰ ਦੀ ਆਪਣੀ ਕੋਈ ਬੁੱਧੀ ਨਹੀਂ ਹੁੰਦੀ ਯੈਸ ਅਸੀਂ ਕੰਪਿਊਟਰ ਨੂੰ ਜੋ ਇਨਸਟਰਕਸ਼ਨਸ ਦਿੱਤੀਆਂ ਉਸ ਦੇ ਅਕੋਰਡਿੰਗਲੀ ਉਹਨੂੰ ਕੰਮ ਕਰਨਾ ਜੇਕਰ ਕੰਪਿਊਟਰ ਨੂੰ ਅਚਾਨਕ ਕੋਈ ਹਾਲਾਤ ਬਦਲਦੇ ਨੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਆਪ ਡਿਸੀਜਨ ਲਏਗਾ ਨਹੀਂ ਉਹਨੇ ਤਾਂ ਉਸ ਪ੍ਰੋਸੈਸ ਨੂੰ ਕਰ ਦੇਣਾ ਹੈ ਹੈਲਪਫੁਲ ਇਨ ਡਿਸੀਜਨ 메ਕਿੰਗ ਹੈਲਪਫੁਲ ਨਹੀਂ ਹੈ ਧਿਆਨ ਰੱਖੋ ਹੈਲਪਲੈਸ ਹੈ ਅਸੀਂ ਲਿਮਿਟੇਸ਼ਨਸ ਦੀ ਗੱਲ ਕਰ ਰਹੇ ਹਾਂ ਕੰਪਿਊਟਰ ਆਪ ਫੈਸਲਾ ਨਹੀਂ ਲੈ ਸਕਦਾ ਜੋ ਪ੍ਰੋਗਰਾਮ ਹੈ ਉਹ ਦੇ ਅਕੋਰਡਿੰਗਲੀ ਹਾਲਾਤ ਚੇਂਜ ਹੁੰਦੇ ਨੇ ਜਿਵੇਂ ਫਰਸਟ ਪੁਆਇੰਟ ਦੇ ਨਾਲ ਹੈ ਕਿਉਂਕਿ ਉਹਦੀ ਆਪਣੀ ਕੋਈ ਬੁੱਧੀ ਨਹੀਂ ਹੁੰਦੀ ਨੋ ਇੰਟੈਲੀਜੈਂਸ ਇਜ਼ ਵਿਥਿਨ ਕੰਪਿਊਟਰ ਇਨ ਇਟਸੈਲਫ ਇਮੋਸ਼ਨਲੈਸ ਹੈ ਹੈਵਿੰਗ ਨੋ ਫੀਲਿੰਗਸ ਕੰਪਿਊਟਰ ਦੇ ਵਿੱਚ ਇਨਸਾਨਾਂ ਦੀ ਤਰ੍ਹਾਂ ਫੀਲਿੰਗਸ ਨਹੀਂ ਹੁੰਦੀਆਂ ਇਮੋਸ਼ਨਸ ਲੈਸ ਹੈ ਇਹਨੇ ਇਹ ਨਹੀਂ ਦੇਖਣਾ ਕਿ ਇਹ ਵਾਲਾ ਪ੍ਰੋਸੈਸ ਕਰਨ ਦੇ ਨਾਲ ਕੰਪਿਊਟਰ ਦੇ ਯੂਜ਼ਰ ਨੂੰ ਕੋਈ ਫਾਇਦਾ ਹੋਣਾ ਹੈ ਜਾਂ ਨੁਕਸਾਨ ਹੋਣਾ ਹੈ ਉਹਨੇ ਕਰਦੇ ਹੀ ਰਹਿਣਾ ਹੈ ਉਸ ਪ੍ਰੋਸੈਸ ਨੂੰ ਸੋ ਇਟਸ ਟੋਟਲੀ ਇਮੋਸ਼ਨਲੈਸ ਹੈਵਿੰਗ ਨੋ ਫੀਲਿੰਗ ਨੈਕਸਟ ਵਨ ਇਜ਼ ਐਡਵਰਸ ਇਫੈਕਟ ਔਨ ਹਿਊਮਨ ਕੈਪੇਬਿਲਿਟੀਜ਼ ਕੰਪਿਊਟਰ ਦੇ ਉੱਤੇ ਇੰਨਾ ਜ਼ਿਆਦਾ ਹਿਊਮਨ ਬੀਿੰਗ ਡਿਪੈਂਡੈਂਟ ਹੋ ਗਿਆ ਕਿ ਉਹਦੀਆਂ ਆਪਣੀ ਕ੍ਰੀਏਟੀਵਿਟੀ ਕਿਤੇ ਦਬਦੀ ਜਾ ਰਹੀ ਹੈ। ਇਹਦੇ ਨਾਲ ਹਿਊਮਨ ਜਿਹੜੀਆਂ ਕੈਪੇਬਿਲਿਟੀਆਂ ਨੇ, ਹਿਊਮਨ ਕ੍ਰੀਏਟੀਵਿਟੀ ਆ ਉਹਦੇ ਉੱਤੇ ਬਹੁਤ ਮਾੜਾ ਜਿਹਨੂੰ ਅਸੀਂ ਪ੍ਰਤੀਕੂਲ ਪ੍ਰਭਾਵ ਕਹਿੰਦੇ ਆ ਉਹ ਪੈ ਰਿਹਾ ਹੈ। ਚਾਂਸਸ ਆਫ ਲਾਸ ਆਫ ਪ੍ਰਾਈਵੇਸੀ ਇਹ ਸਭ ਤੋਂ بڑا ਡਿਸਐਡਵਾਂਟੇਜ ਔਰ ਲਿਮਿਟੇਸ਼ਨ ਹੈ ਕੰਪਿਊਟਰ ਦੀ। ਯੈਸ ਬਹੁਤ ਸਾਡਾ ਹਰ ਵਿਅਕਤੀ ਦਾ ਜਿਹੜਾ ਨਿਜੀ ਨਿਜੀਤਾਵ ਹੈ ਉਹਦਾ ਆਪਣਾ ਪ੍ਰਾਈਵੇਟ ਡਾਟਾ ਹੈ, ਪ੍ਰਾਈਵੇਟ ਇਨਫੋਰਮੇਸ਼ਨ ਹੈ। ਉਹਦੇ ਨੁਕਸਾਨ ਦਾ ਸਾਹਮਣਾ ਉਹਨੂੰ ਕਰਨਾ ਪੈ ਸਕਦਾ ਹੈ ਕਿਉਂਕਿ ਬਹੁਤ ਵੱਡੇ ਚਾਂਸ ਨੇ ਤੁਹਾਡੀ ਜਿਹੜੀ ਗੋਪਨੀਯਤਾ ਹੈ ਤੁਹਾਡੀ ਜਿਹੜੀ ਸੀਕਰੇਸੀ ਹੈ ਪ੍ਰਾਈਵੇਸੀ ਹੈ ਉਹ ਸਾਰੇ ਦੀ ਸਾਰੀ ਕੋਈ ਵਿਅਕਤੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਜੋ ਕੰਪਿਊਟਰ ਦੇ ਹੈਕਰਸ ਨੇ ਨੈਕਸਟ ਆ ਲਿਮਿਟਸ ਲਰਨਿੰਗ ਐਂਡ ਕ੍ਰੀਏਟ ਅ ਡਿਪੈਂਡੈਂਸੀ ਇਨੇ ਸਾਡੀ ਸਿੱਖਣ ਦੀ ਯੋਗਤਾ ਨੂੰ ਬੜਾ ਸੀਮਿਤ ਕਰਤਾ ਕਿਉਂਕਿ ਜੋ ਇਹ ਦਿਖਾਂਦਾ ਹੈ ਜ਼ਿਆਦਾਤਰ ਜਿਹੜੇ ਇਹਨੂੰ ਯੂਜ਼ ਕਰਨ ਵਾਲੇ ਨੇ ਉਹਨਾਂ ਕੀ ਸਿੱਖ ਰਹੇ ਨੇ ਕੁਝ ਵੀ ਚਾਹੀਦਾ ਹੈ ਇਹਦੇ ਵਿੱਚ ਜਿਹੜੀ ਕਿਤੇ ਇਨਫੋਰਮੇਸ਼ਨ ਹੈ ਉਹਨੂੰ ਲੱਭਦੇ ਨੇ ਯੂਜ਼ ਕਰਦੇ ਨੇ ਆਪਣੀ ਕ੍ਰੀਏਟੀਵਿਟੀ ਖਤਮ ਕਰਕੇ ਜਿਹੜੀ ਉਹਨਾਂ 'ਚ ਸਿੱਖਣ ਦੀ ਕੁਝ ਕਰਨ ਦੀ ਜਿਹੜੀ ਯੋਗਤਾ ਸੀ ਉਹਨੂੰ ਸੀਮਿਤ ਕਰਤਾ ਤੇ ਪੂਰੀ ਤਰ੍ਹਾਂ ਬਹੁਤ ਸਾਰੇ ਸਟੂਡੈਂਟਸ ਹਿਊਮਨ ਬੀਇੰਗਸ ਕੰਪਿਊਟਰ ਦੇ ਉੱਤੇ ਡਿਪੈਂਡੈਂਟ ਹੋ ਗਏ ਕ੍ਰੀਏਟੀਵਿਟੀ ਖਤਮ ਹੋ ਗਈ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਹੋਰ ਪ੍ਰੋਬਲਮ ਨੇ ਸੋਸ਼ਲ ਪ੍ਰੋਬਲਮਸ ਆਰ देयर ਐਂਡ ਹੈਲਥ ਪ੍ਰੋਬਲਮਸ ਆਰ देयर ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੀਆਂ ਜਿਹੜੀਆਂ ਹਿਊਮਨ ਕੈਪੇਬਿਲਿਟੀਆਂ ਨੇ ਉਹਦੇ ਵਿੱਚ ਮਾੜਾ ਅਸਰ ਪਿਆ ਉਹਦੇ ਵਿੱਚ ਉਹਨਾਂ ਨੂੰ ਕੱਟ ਕੇ ਰੱਖਤਾ ਐ ਨਹੀਂ ਹਿਊਮਨ ਕੈਪੇਬਿਲਿਟੀਆਂ ਨੂੰ ਬਹੁਤ ਸਾਰੀਆਂ ਫਿਜ਼ੀਕਲ ਪ੍ਰੋਬਲਮ ਬੱਚਿਆਂ ਵਾਸਤੇ ਯੂਜ਼ਰਸ ਵਾਸਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਇਮੋਸ਼ਨਲ ਨੇ ਜਿਹੜੀਆਂ ਇਵਨ ਸਾਈਕਲੋਜੀਕਲ ਪ੍ਰੋਬਲਮਸ ਨੇ ਕੰਪਿਊਟਰ ਦੇ ਓਵਰ ਯੂਜ਼ ਦੇ ਨਾਲ ਹੋ ਰਹੀਆਂ ਨੇ ਬਟ ਵਨ ਥਿੰਗ ਸ਼ੁਡ ਬੀ ਕਲੀਅਰ ਇਹ ਜਿਹੜੀਆਂ ਪ੍ਰੋਬਲਮਸ ਨੇ ਇਹ ਕੰਪਿਊਟਰ ਕਰਕੇ ਨਹੀਂ ਇਹ ਦਾ ਓਵਰ ਯੂਜ਼ ਕਰਨ ਵਾਲਿਆਂ ਦੀਆਂ ਆਪਣੀਆਂ ਕਮੀਆਂ ਕਰਕੇ ਜ਼ਿਆਦਾ ਨਹੀਂ ਇਹ ਧਿਆਨ ਰੱਖਿਓ ਯਾ ਸਟੂਡੈਂਟਸ ਅਸ ਜਿਹੋ ਟਾਪਿਕ ਹੈ ਉਹਦਾ ਦੂਸਰਾ ਪਾਰਟ ਹਿਸਟਰੀ ਆਫ ਕੰਪਿਊਟਰ ਕੰਪਿਊਟਰ ਦਾ ਜੋ ਰੂਪ ਤੁਸੀਂ ਅੱਜ ਦੇਖ ਰਹੇ ਹੋ ਇਹੋ ਜਿਹਾ ਸ਼ੁਰੂ ਤੋਂ ਨਹੀਂ ਸੀ ਜਨਰੇਸ਼ਨ ਟੂ ਜਨਰੇਸ਼ਨ ਇਟਸ ਕੀਪ ਔਨ ਚੇਂਜਿੰਗ ਵਿਦ ਟੈਕਨੀਕਲ ਚੇਂजेस ਟੈਕਨੀਕਲ ਐਡਵਾਂਸਮੈਂਟ ਨਮਾ ਤੋਂ ਨਮਾ ਅੰਦਾ ਚੱਲਾ ਗਿਆ ਫਰਮ ਬੈਰੀ ਬਿਗਨਿੰਗ ਅਸੀਂ ਦੇਖਦੇ ਜਿਹਨੂੰ ਫਸਟ ਜਨਰੇਸ਼ਨ ਕੰਪਿਊਟਰ ਕਹਿੰਦੇ ਆ ਜੀ 1 ਔਰ ਫਸਟ ਜਨਰੇਸ਼ਨ ਕੰਪਿਊਟਰ ਇਹ ਪੀਰੀਅਡ ਮੰਨਿਆ ਜਾਂਦਾ ਆ ਆਲਮੋਸਟ 1940 ਤੋਂ 1956 ਦੇ ਵਿੱਚ ਦੇ ਇਸ ਲਗਭਗ 10 11 ਸਾਲ ਦੇ ਪੀਰੀਅਡ ਨੂੰ ਜਿਨ੍ਹਾਂ ਨੂੰ अर्ਲੀ ਕੰਪਿਊਟਰਸ ਕਹਿੰਦੇ ਨੇ ਉਸ ਪੀਰੀਅਡ ਨੂੰ ਅਸੀਂ ਫਸਟ ਜਨਰੇਸ਼ਨ ਦੇ ਕੰਪਿਊਟਰ ਮੰਨਦੇ ਆ ਜਿਹੜੇ ਉਸ ਟਾਈਮ ਬਣਾਏ ਗਏ ਸੀ ਤੁਸੀਂ ਬਹੁਤ ਹੈਰਾਨ ਹੋਵੋਗੇ ਉਹਦਾ ਕੰਪਿਊਟਰ ਦਾ ਸਾਈਜ਼ ਆ ਪਿਕਚਰਸ ਦੇਖੋ ਇਸ ਆਕਾਰ ਦਾ ਵੀ ਹੁੰਦਾ ਸੀ ਦੋ ਦੋ ਕਮਰਿਆਂ ਦੇ ਵਿੱਚ ਕੰਪਿਊਟਰ ਦਾ ਐਸਟੈਬਲਿਸ਼ਮੈਂਟ ਹੁੰਦਾ ਉਸ ਟਾਈਮ ਦੇ ਵਿੱਚ ਕਿਉਂਕਿ ਕੰਪਿਊਟਰ ਦੇ ਵਿੱਚ ਉਸ ਟਾਈਮ ਖਾਸੀਅਤ ਸੀ ਜੋ ਉਹਦੀਆਂ ਫੀਚਰ ਸੀ ਬਾਸਤਾ ਉਹ ਕਮੀਆਂ ਬਣੀਆਂ ਮੇਡ ਆਫ ਵੈਕਿਊਮ ਟਿਊਬਸ ਐਂਡ ਇਲੈਕਟ੍ਰਿਕ ਇਲੈਕਟ੍ਰਿਕ ਰੀਲੇਜ ਜਿਹੜੇ ਕੰਪਿਊਟਰ ਬਨੇ ਹੋਏ ਹੁੰਦੇ ਸੀ ਵੈਕਿਊਮ ਟਿਊਬਸ ਨਾਲ ਬਨੇ ਹੁੰਦੇ ਸੀ ਵੈਕਿਊਮ ਟਿਊਬਸ ਕਿਹੜੀਆਂ ਨੇ ਆਹ ਵਾਲੀਆਂ ਮੈਂ نیچے ਬਣਾਈਆਂ ਨੇ ਕੀ ਹੁੰਦੀਆਂ ਨੇ ਇਹਦੇ ਬਾਰੇ ਵੀ ਮੈਂ ਦੱਸਣਾ ਇਹਦੇ ਵਿੱਚ ਕੈਪੈਸਟਰ ਜੀ ਯੂਜ਼ ਹੁੰਦੇ ਸੀ ਬਾਈਨਰੀ ਡਾਟਾ ਨੂੰ ਸਟੋਰ ਕਰਨ ਦੇ ਲਈ ਬਹੁਤ ਹੈਵੀ ਕੰਪਿਊਟਰਸ ਹੁੰਦੇ ਸੀ ਬਹੁਤ ਵੱਡਾ ਵੱਡਾ ਸਾਈਜ਼ ਹੁੰਦਾ ਸੀ ਕੰਜ਼ੂਮਡ ਲੋਡ ਪਾਵਰਸ ਕਰੀਏਟ ਲੋਟ ਆਫ ਹੀਟ ਇਸ ਤੋਂ ਇਲਾਵਾ ਸਲੋ ਸਪੀਡ ਇਸ देयर ਬਟ ਇਟਸ ਅ ਇਨੀਸ਼ੀਅਲ 스테ਜ ਸਾਡੇ ਵਾਸਤੇ ਉਸ ਟਾਈਮ ਐਜ਼ ਅ ਹਿਊਮਨ ਬੀਇੰਗ ਸੋਚਣਾ ਚਾਹੀਦਾ ਬਹੁਤ ਵੱਡੀ ਗੱਲ ਸੀ ਫਰਸਟ ਜਨਰਲ ਪਰਪਸ ਜੋ ਇਲੈਕਟ੍ਰੋਨਿਕ ਕੰਪਿਊਟਰ ਸੀ ਜਿਹਨੂੰ A N I A C ਕਹਿੰਦੇ ਆ ਉਹ ਲਗਭਗ ਉਹਦਾ weight 50 tons ਦਾ ਸੀ ਇੱਕ ton ਦੇ ਵਿੱਚ 10 quintal ਹੁੰਦੇ ਨੇ ਸੋਚ ਕੇ ਦੇਖੋ ਲਗਭਗ ਦੋ ਰੂਮ ਦੇ ਵਿੱਚ ਉਹਨੂੰ ਇਸਟੈਬਲਿਸ਼ ਕੀਤਾ ਗਿਆ 1946 ਦੀ ਗੱਲ ਹੈ ਇਹ ਤਾਂ ਇਹ ਜਿਹੜਾ ਕੰਪਿਊਟਰ ਤੁਸੀਂ ਦੇਖ ਰਹੇ ਹੋ ਹੇ ਨੀਚੇ ਇਹ ਫਰਸਟ ਜਨਰੇਸ਼ਨ ਕੰਪਿਊਟਰ ਹੈ ਸੋ ਮੱਚ ਇਨ ਲਾਰਜ ਵੱਡਾ ਸਾਈਜ਼ that is a first generation computer which needs lot of space which needs lot of energy a, use lot of power slow speed ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਉਸ ਟਾਈਮ ਜਿਹੜੇ ਕੰਪਿਊਟਰ ਬਣੇ ਸੀ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਇੱਕ ਕੋਸ਼ਿਸ਼ ਸੀ ਅਸੀਂ ਹਰ ਹਾਲਤ ਚ ਉਹਨਾਂ ਦਾ ਕ੍ਰਿਟਿਸਿਜ਼ਮ ਨਹੀਂ ਕਰ ਸਕਦੇ ਜਦੋਂ ਅਸੀਂ ਇਹਨਾਂ ਅਗਲਾ ਗੱਲ ਕਰ ਰਹੇ ਤਾਂ ਅੱਜ ਦੇ ਕੰਪਿਊਟਰ ਨਾਲ ਤੁਲਨਾ ਕਰਕੇ ਕਰ ਰਹੇ ਹ ਬਟ ਵਨ ਥਿੰਗ ਸ਼ੁਡ ਵੀ ਕੀਪ ਇਨ ਮਾਈਂਡ ਫਰਸਟ ਜਨਰੇਸ਼ਨ ਕੰਪਿਊਟਰਸ ਆਰ ਮੇਡ ਆਫ ਵੈਕਿਊਮ ਟਿਊਬਸ ਐਂਡ ਇਲੈਕਟ੍ਰਿਕ ਰੀਲੇਇਸ ਇਹ ਧਿਆਨ ਰੱਖੋ ਏ ਵੈਕਿਊਮ ਟਿਊਬਸ ਦੀ ਮੈਂ ਗੱਲ ਕਰ ਰਿਹਾ ਸੀ ਵੈਕਿਊਮ ਟਿਊਬ ਕੀ ਨੇ ਅ ਸੀਲਡ ਗਲਾਸ ਟਿਊਬ ਕੰਟੇਨਿੰਗ ਨੀਅਰ ਆਫ ਵੈਕਿਊਮ ਅੰਦਰੋਂ ਬਿਲਕੁਲ ਖਾਲੀ ਹੁੰਦੀ ਆ ਵੈਕਿਊਮ ਮਤਲਬ ਖਾਲੀ ਬਣਾ ਅਲਾਉਸ ਦਾ ਫਰੀ ਪਾਸਸਸ ਆਫ ਇਲੈਕਟ੍ਰਿਕ ਕਰੰਟ ਤਾਂ ਕਿ ਇਲੈਕਟ੍ਰਿਕ ਕਰੰਟ ਪਾਸ ਹੋ ਸਕੇ ਦਰ ਤੋਂ ਦਰ ਇੱਕ ਸੀਲਡ ਸ਼ੀਸ਼ੇ ਦੀ ਟਿਊਬ ਜੋ ਲਗਭਗ ਵੈਕਿਊਮਡ ਹੈ ਖਾਲੀ ਹੈ ਜਿਸ ਦੇ ਵਿੱਚੋਂ ਕਰੰਟ ਲੰਘਣ ਦੀ ਇਜਾਜ਼ਤ ਹੁੰਦੀ ਹੈ ਮੀਨਜ਼ ਇਲੈਕਟ੍ਰਿਕ ਕਰੰਟ ਕੈਨ ਪਾਸ ਥਰੂ ਥਿਸ ਬਟ ਇਟ ਯੂਜ਼ ਦੀ ਬੜੀ ਪ੍ਰੋਬਲਮ ਸੀ ਇਹ ਗਰਮ ਹੋ ਜਾਂਦੀਆਂ ਸੀ ਬਹੁਤ ਸਾਰੀ ਹੀਟ ਪੈਦਾ ਕਰਦੀਆਂ ਸੀ ਵੈਕਿਊਮ ਟਿਊਬਸ ਇਹਦੇ ਨਾਲ ਇਹਦੀ ਪ੍ਰੋਸੈਸਿੰਗ ਬਹੁਤ ਸਲੋ ਹੁੰਦੀ ਸੀ ਨੈਕਸਟ ਕਿਉਂਕਿ ਸੈਕੰਡ ਜਨਰੇਸ਼ਨ ਦੇ ਕੰਪਿਊਟਰ ਆਏ ਫਸਟ ਜਨਰੇਸ਼ਨ ਦੇ ਕੰਪਿਊਟਰਸ ਦੀ ਕਮੀਆਂ ਨੂੰ ਦੇਖਦੇ ਹੋਏ ਵੈਕਿਊਮ ਟਿਊਬਸ ਨਾਲ ਜੋ ਪ੍ਰੋਬਲਮਸ ਆ ਰਹੀਆਂ ਸੀ ਉਹਨੂੰ ਸੌਲਟ ਆਊਟ ਕੀਤਾ ਗਿਆ ਬਾਏ ਰਿਪਲੇਸਿੰਗ ਵਿਦ ਯੂਜ਼ ਆਫ ਟਰਾਂਜ਼ਿਸਟਰਸ ਟਰਾਂਜ਼ਿਸਟਰ ਯੂਜ਼ ਕੀਤੇ ਗਏ vacuum tube jo g1 first generation computer use hunde si second generation computers ohna nu nahi use kita gaya second generation computer da period almost 1956 to 1963 for your kind information it do saal books mutabik current content the accordingly may be variation ho sakdi hai but almost the same period is this one it may be 1955 it may be up to 1965 around about these 10 or uh, 11 12 years ਏ ਪੀਰੀਅਡ ਸੀ ਸੈਕੰਡ ਜਨਰੇਸ਼ਨ ਕੰਪਿਊਟਰ ਦਾ ਸੈਕੰਡ ਜਨਰੇਸ਼ਨ ਕੰਪਿਊਟਰ ਇਸ ਟਾਈਪ ਦੇ ਹੁੰਦੇ ਸੀ ਥੋੜਾ ਸਾਈਜ਼ ਘਟਿਆ ਦਿਖ ਰਿਹਾ ਹੈ ਨਾ ਉਹਦੇ ਨਾਲੋਂ ਦੇਖਣ ਸੀ ਲੱਗ ਰਗਾ ਕਿ ਸ਼ਾਇਦ ਦੋ ਕਮਰੇ ਦੀ ਜਗ੍ਹਾ ਤਾਂ ਇੱਕ ਕਮਰੇ 'ਚ ਆ ਗਿਆ 트랜ਜ਼ਿਸਟਰ ਯੂਜ਼ ਕੀਤੇ ਗਏ ਨਾਲ ਵਿੱਚ ਵੈਕਿਊਮ ਟਿਊਬ ਬਹੁਤ ਵੱਡੀਆਂ ਵੱਡੀਆਂ ਸੀ ਜਦੋਂ ਉਹਨਾਂ ਨੂੰ ਇਨ 100 ਯੂਜ਼ ਕਰਦੇ ਟੇਕਸ ਲੋਟ ਆਫ ਜੇ 1000ਸ ਦੇ ਵਿੱਚ ਉਹਨਾਂ ਨੂੰ ਯੂਜ਼ ਕਰਦੇ ਹਰ ਇੱਕ ਡਿਵਾਈਸ ਦੀ ਫੰਕਸ਼ਨਿੰਗ ਦੇ ਲਈ ਇਲੈਕਟ੍ਰਿਕ ਕਰੰਟ ਨੂੰ ਪਾਸ ਕਰਨਾ ਜ਼ਰੂਰੀ ਸੀ ਦੈਨ ਲੋਟ ਆਫ ਵੈਕਿਊਮ ਟਿਊਬਸ ਆਰ ਯੂਜ਼ਡ ਉਹਦੀ ਕਮੀ ਨੂੰ ਦੂਰ ਕਰਨ ਲਈ 트랜지스터 ਯੂਜ਼ ਕੀਤੇ ਗਏ ਜਿਹੜੇ ਕਿ ਸਮਾਲਰ ਇਨਸਾਈਜ਼ ਛੋਟੇ ਹੁੰਦੇ ਸੀ ਕੰਜ਼ੂਮਡ ਲੈਸ ਪਾਵਰ ਜਨਰੇਟ ਲੈਸ ਹੀਟ ਗਰਮੀ ਵੀ ਘੱਟ ਪੈਦਾ ਕਰਦੇ ਸੀ ਪਾਵਰ ਵੀ ਘੱਟ ਕੰਜ਼ੂਮ ਕਰਦੇ ਸੀ ਜਿਹੜੇ 트랜지ਸਟਰ ਸੀ ਅਟੈਚ ਕੀਤੇ ਜਾਂਦੇ ਸੀ ਸਰਕਟ ਬੋਰਡ ਦੇ ਉੱਤੇ 트랜지ਸਟਰਸ ਕਿਹਨੇ ਆਹ ਵਾਲੇ ਤੁਸੀਂ ਪਿਕਚਰਸ ਦੇਖੋ ਨੀਚੇ 트랜지ਸਟਰ ਤੁਸੀਂ ਅੱਜ ਕੱਲ ਦੇ ਕੰਪਿਊਟਰ ਬਹੁਤ ਸਾਰੇ ਇਲੈਕਟ੍ਰੋਨਿਕ ਡਿਵਾਈਸਿਸ ਇਹਨਾਂ ਨੂੰ ਦੇਖੋਗੇ ਬਟ ਅੱਜ ਕੱਲ ਦਾ ਬਹੁਤ ਛੋਟੇ ਆ ਗਏ ਮਾਈਕਰੋ ਲੈਵਲ ਦੇ ਆ ਗਏ ਇਹ 트랜지ਸਟਰ ਵੀ ਕੰਪੇਰੀਬਲਿੀ ਅੱਜ ਨਾਲੋਂ ਕਾਫੀ ਵੱਡੇ ਸੀ IBM इंटरनेशनल बिजनेस मशीन अमेरिकन कंपनी है जिसने 7090 नाम का जेड़ा सेकंड जनरेशन कंप्यूटर सबसे पहला ए ਸਾਡੇ ਸਾਹਮਣੇ ਲੈ ਕੇ ਆਂਦਾ ट्रांसमिशन ऑफ डाटा वाज पॉसिबल क्योंकि जेड़ा फर्स्ट जनरेशन कंप्यूटर ਸੀ ਉਹਨਾਂ ਚ ਕੈਲਕੂਲੇਸ਼ਨਸ ਪੋਸਿਬਲ ਸੀ ਇੱਥੇ ਡਾਟਾ ਨੂੰ ਟ੍ਰਾਂਸਮਿਟ ਵੀ ਕਰਨ ਲੱਗ ਗਿਆ ਕਮਿਊਨੀਕੇਸ਼ਨ ਪੋਸਿਬਲ ਹੋ ਸਕੀ ਵਟ ਵਿਦ ਦ ਹੈਲਪ ਆਫ ਟੈਲੀਫੋਨ ਲਾਈਨਸ ਇਸ ਤਰ੍ਹਾਂ ਅਜਕਲ ਨੈਟਵਰਕ ਨਹੀਂ ਸੀ ਵਾਈਫਾਈ ਸਿਸਟਮ ਨਹੀਂ ਸੀ ਟੈਲੀਫੋਨ ਲਾਈਨਜ਼ ਦੇ ਦੌਰਾਨ ਡਾਟਾ ਦੀ ਕਮਿਊਨੀਕੇਟ ਡਾਟਾ ਨੂੰ ਕਮਿਊਨੀਕੇਟ ਕੀਤਾ ਜਾਂਦਾ ਸੀ ਬਟ ਇਹਨਾਂ ਦੀ ਸਪੀਡ ਜੋ ਫਰਸਟ ਜਨਰੇਸ਼ਨ ਕੰਪਿਊਟਰ ਸੀ ਉਹਨਾਂ ਦੇ ਕੰਪੈਰੀਜ਼ਨ ਚ ਜ਼ਿਆਦਾ ਸੀ ਹਾਇਰ ਇੰਟਰਨਲ ਸਟੋਰੇਜ ਸੀ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਬਟ ਇੱਥੇ ਵੀ ਹੀਟ ਪੈਦਾ ਹੁੰਦੀ ਸੀ ਟਰਾਂਜ਼ਿਸਟਰ ਥੋੜੇ ਵੱਡੇ ਸੀ ਬਟ ਕੰਪੈਰੀਟਿਵਲੀ ਘੱਟ ਹੀਟ ਪੈਦਾ ਹੁੰਦੀ ਸੀ ਫਰਸਟ ਜਨਰੇਸ਼ਨ ਨਾਲੋਂ ਇਸ ਤੋਂ ਇਲਾਵਾ ਇਹਦਾ ਸਾਈਜ਼ ਫਰਸਟ ਜਨਰੇਸ਼ਨ ਨਾਲੋਂ ਛੋਟਾ ਸੀ ਬਟ ਈਵਨ ਦੈਨ ਜ ਕੰਪਿਊਟਰ ਦੇ ਵਿੱਚ ਜਿਹੜੇ ਇਹ ट्रांजਿਸਟਰ ਸੀ ਇਹਨਾਂ ਨੂੰ ਜਗਾ ਜਗਾ ਦੇ ਉੱਤੇ ਸਰਕਟ ਬੋਰਡ ਦੇ ਉੱਤੇ ਲਗਾਣਾ ਇਟ ਟੇਕਸ ਲੋਟ ਆਫ ਪਲੇਸ ਐਂਡ ਸਪੇਸ ਓਕੇ ਨੈਕਸਟ ਅ ਥਰਡ ਜਨਰੇਸ਼ਨ ਕੰਪਿਊਟਰ ਵਿਦ ਇੰਟੀਗ੍ਰੇਟਡ ਸਰਕਟ ਜਿਹਨੂੰ ਆਈਸੀ ਕਹਿੰਦੇ ਨੇ ਆਈਸੀ ਵਾਲੇ ਕੰਪਿਊਟਰ ਆ ਗਏ ਜੀ ਇਹਦੇ ਵਿੱਚ ਕੀ ਸੀ ਇਹ ਮੈਂ ਸਮਝਾਉਣਾ ਹੈ ਤੁਹਾਨੂੰ ਰੈਵਿਊਸ਼ਨ ਵਿਦ ਦ ਡਿਵੈਲਪਮੈਂਟ ਆਫ ਆਈਸੀ ਔਨ ਅ ਸਿੰਗਲ ਸਿਲੀਕਾਨ ਚਿਪ ਇਸ ਇੱਕ ਕ੍ਰਾਂਤੀ ਸੀ ਇਹ ਕੰਪਿਊਟਰ ਦੇ ਫੀਲਡ ਦੇ ਵਿੱਚ ਇੱਕ ਸਿਲੀਕਾਨ ਹਰੇ ਜਿਹੇ ਰੰਗ ਦੀ ਤੁਸੀਂ ਦੇਖੀ ਹੈ ਨਾ ਦੇਖੋ ਮੈਂ نیچے ਸਿਲੀਕਾਨ ਚਿਪ ਦਿਖਾਈਆ ਆਹ ਵਾਲੀ ਸਾਰੀ ਜਿਹੜੀ ਗ੍ਰੀਨ ਸ਼ੇਡ ਹੈ ਸਿਲੀਕਾਨ ਚਿਪ ਹੈ ਸਿਲੀਕਾਨ ਚਿਪ ਦੇ ਉੱਤੇ ਆਈਸੀ ਲਗਾਏ ਗਏ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਸੈਕਿੰਡ ਜਨਰੇਸ਼ਨ ਦੇ ਵਿੱਚ ਓਪਨ ਸਰਕਟ ਬੋਰਡ ਦੇ ਉੱਤੇ ਲਗਾਏ ਜਾ ਰਹੇ ਸੀ ਸਿਲੀਕਾਨ ਚਿਪ ਦੇ ਵਿੱਚ ਉਹਨਾਂ ਨੂੰ ਇੰਟੀਗ੍ਰੇਟਿਡ ਕਰ ਦਿੱਤਾ ਗਿਆ ਸਾਰੇ ਸਰਕਟ ਨੂੰ ਇਹਦੇ ਉੱਤੇ ਬਹੁਤ ਸਾਰੇ ਸਰ ਜਿਹੜੇ IC ਲੱਗੇ ਹੋਏ ਨੇ ਬਟ ਉਹ ਇੰਟਰਨਲੀ ਉਸ ਚਿਪ ਦੇ ਅੰਦਰੋਂ ਇੱਕ ਦੂਜੇ ਨਾਲ ਇੰਟੀਗ੍ਰੇਟਿਡ ਹੀ ਜੁੜੇ ਹੋਏ ਹੁੰਦੇ ਨੇ ਸੰਯੁਕਤ ਰੂਪ ਦੇ ਵਿੱਚ ਜੁੜੇ ਹੋਏ ਹੁੰਦੇ ਨੇ ਤਾਂ ਇਹਦੇ ਨਾਲ ਕੰਪਿਊਟਰ ਦਾ ਸਾਈਜ਼ ਨੇਚਰਲ ਸੀ ਜਦੋਂ ਇੰਟੀਗ੍ਰੇਟਿਡ ਸਿਲੀਕਨ ਚਿਪ ਬਣਾਈ ਗਈ ਸਿੰਗਲ ਸਿਲੀਕਨ ਚਿਪ ਬਣਾਈ ਗਈ ਮੰਨਿਆ ਕਿ ਸਿਲੀਕਨ ਚਿਪ ਦਾ ਸਾਈਜ਼ ਵੱਡਾ ਹੁੰਦਾ ਸੀ ਬਟ ਡਿਊ ਟੂ ਯੂਜ਼ ਆਫ ਸਿਲੀਕਨ ਚਿਪ ਟੋਟਲ ਸਾਈਜ਼ ਕੰਪਿਊਟਰ ਦਾ ਛੋਟਾ ਹੋ ਗਿਆ ਇਹਨੇ 3rd ਜਨਰੇਸ਼ਨ ਕੰਪਿਊਟਰ ਜਿਹਦਾ ਪੀਰੀਅਡ ਆਲਮੋਸਟ 1964-65 ਤੋਂ ਲੈ ਕੇ 1971 ਤੋਂ 75 ਤੱਕ ਦਾ ਮੰਨਿਆ ਜਾਂਦਾ ਹੈ ਬਟ ਇਟਸ ਅ ਰੈਵਿਊਲੂਸ਼ਨ ਇਨ ਦਾ ਫੀਲਡ ਆਫ ਕੰਪਿਊਟਰ ਇਹਨੇ ਕੰਪਿਊਟਰ ਦੀ ਦੁਨੀਆ ਬਦਲ ਦਿੱਤੀ ਵਿਦ ਦਾ ਯੂਜ਼ ਆਫ ਸਿਲੀਕਨ ਚਿਪਸ ਸਭ ਤੋਂ ਪਹਿਲਾਂ ਜਿਹੜਾ ਕੰਪਿਊਟਰ ਬਣਾਇਆ ਗਿਆ ਇਹ 3rd ਜਨਰੇਸ਼ਨ ਦਾ ਉਹਦਾ ਨਾਮ ਜਿਹੜਾ ਸੀ ਉਹ ACPX ਮੈਡੂਲ ਯੂਜ਼ਡ ਇਨ IBM 360/91 ਓਵਰ ਇਹਦੇ ਵਿੱਚ 20 트랜지ਸਟਰਸ ਸਿੰਗਲ ਚਿਪ ਦੇ ਉੱਤੇ ਲਗਾਏ ਗਏ ਜਿਹਨੂੰ ਸਿਲੀਕਨ ਚਿਪ ਕਹਿੰਦੇ ਸੀ ਇੱਕੋ ਹੀ ਚਿਪ ਤੇ 20 트랜지ਸਟਰਸ 트랜지ਸਟਰ ਮੈਂ ਤੁਹਾਨੂੰ ਸੈਕੰਡ ਜਨਰੇਸ਼ਨਸ ਦਿਖਾਏ ਸੀ ਜਿਹੜੇ ਸਰ ਓਪਨ ਬੋਰਡ ਤੇ ਲਗਾਏ ਜਾਂਦੇ ਸੀ ਪੈਕਡ ਟੁਗੇਦਰ ਇਕੱਠੇ ਕਰਦੇ ਉਹਨਾਂ ਨੂੰ ਇਹਦੇ ਨਾਲ ਇਹਦੀ ਸਪੀਡ ਵੱਧ ਗਈ ਰਿਲਾਈਬਿਲਟੀ ਵੱਧ ਗਈ ਕੋਸਟ ਘਟ ਗਈ ਹਾਈ ਲੈਵਲ ਲੈਂਗੁਏਜ ਜਿਹੜੀਆਂ ਕੰਪਿਊਟਰ ਦੀ ਲੈਂਗੁਏਜ ਹੁੰਦੀਆਂ ਨੇ ਅਸੀਂ ਆਉਣ ਵਾਲੇ ਚੈਪਟਰ ਚ ਕਰਾਂਗੇ ਤਾਂ ਉਹ ਹਾਈ ਲੈਵਲ ਲੈਂਗੁਏਜ ਜਿਹੜੀਆਂ ਯੂਜ਼ ਹੋ ਸਕੀਆਂ ਸਮਾਲਰ ਸਾਈਜ਼ ਹੋ ਗਿਆ ਪਹਿਲਾਂ ਨਾਲੋਂ ਜਿਹੜਾ ਸੈਕੰਡ ਜਨਰੇਸ਼ਨ ਕੰਪਿਊਟਰ ਸੀ ਕੰਪਿਊਟਰ ਦੀ ਜਿਹੜੀਆਂ ਐਕਟੀਵਿਟੀਜ਼ ਨੇ ਮੋਰ ਰਿਲਾਈਏਬਲ ਹੋ ਸਕੀਆਂ ਕਲੀਅਰ ਹੋ ਗਿਆ ਇਹਦੀ ਪ੍ਰੋਸੈਸਿੰਗ ਤੇਜ਼ ਹੋ ਗਈ ਇੱਕ ਰੈਵਿਊਲੂਸ਼ਨ ਸੀ ਯੂਜ਼ ਆਫ ਸਿਲੀਕਨ ਚਿਪ ਸਾਨੂੰ ਬਹੁਤ ਸਾਰੇ ਨੂੰ ਲੱਗ ਰਿਹਾ ਕਿ 20 트랜ਜ਼ਿਸਟਰ ਸਿੰਗਲ ਚਿਪ ਤੇ ਪਰ ਯੋਰ ਕਾਈਂਡ ਇਨਫੋਰਮੇਸ਼ਨ ਹੁਣ 20 ਨਹੀਂ ਅੱਜ ਕੱਲ੍ਹ ਦੇ ਕੰਪਿਊਟਰਸ ਦਾ ਬਹੁਤ ਕੁਝ ਬਹੁਤ ਵੱਡੀ ਮਾਤਰਾ ਦੇ ਵਿੱਚ ਯੂਜ਼ ਹੁੰਦਾ ਉਹਦੇ ਬਾਰੇ ਆਪਾਂ ਬਾਅਦ ਵਿੱਚ ਕੱਲ ਕਰਦੇ ਆਂ सिलिकॉन चिप की होती है इसके बारे में थाने दसेया दस ब्रीफली इसकी शक्ल भी देख लो सिलिकॉन इज यूज्ड बिकॉज़ इट कैन बी यूज्ड एज़ आइदर एन इंसुलेटर डजंट अलाउ इलेक्ट्रिसिटी टू फ्लो और अ सेमीकंडक्टर अलाउज़ अ लिटल फ्लो ऑफ इलेक्ट्रिसिटी दिस इज वेरी इंपॉर्टेंट फॉर मेकिंग चिप्स एंड इट प्रूव्स वंडर फॉर द डेवलपमेंट ऑफ कंप्यूटर ਏ ਧਿਆਨ ਰੱਖੋ ਜਿਹੜੀ ਮੈਂ ਗੱਲ ਕਰ ਇਹਨੂੰ ਧਿਆਨ ਨਾਲ ਸਮਝੋ ਜਿਹੜੀ ਸਿਲੀਕਨ ਚਿਪ ਹੈ ਕਿਸ ਤਰ੍ਹਾਂ ਦੀ ਚਿਪ ਹੈ ਜਿਹੜੀ ਐਜ਼ ਅ ਇਨਸੂਲੇਟਰ ਇਨਸੂਲੇਟਰ ਵੀ ਯੂਜ਼ ਹੁੰਦੀ ਹੈ ਇਨਸੂਲੇਟਰ ਦਾ ਮਤਲਬ ਜੇਕਰ ਇਹਦੇ ਵਿੱਚ ਅਸੀਂ ਆਈਸੀ ਯੂਜ਼ ਕੀਤੇ ਨੇ ਤਾਂ ਉਸ ਹਾਲਤ ਦੇ ਵਿੱਚ ਜਿਹੜਾ ਕਰੰਟ ਹੈ ਜਦ ਤੱਕ ਅਸੀਂ ਉਹਨੂੰ ਇੱਕ ਫਲੋ ਨਹੀਂ ਦਵਾਵਾਂਗੇ ਪਾਸ ਨਹੀਂ ਹੁੰਦਾ ਨਹੀਂ ਤਾਂ ਇਹ ਲੱਗਦਾ ਕਿ ਜੇ ਸਾਰੀ ਚਿਪ ਚੋਂ ਕਰੰਟ ਪਾਸ ਹੁੰਦਾ ਤਾਂ ਸਾਰੇ ਦੇ ਸਾਰੇ ਆਈਸੀ ਉਲਝ ਜਾਂਦੇ ਬਸ ਜਿੰਨਾ ਅਸੀਂ ਅਲਾਉ ਕਰਦੇ ਹਾਂ ਗ੍ਰੰਟ ਨੂੰ ਉਹਨਾਂ ਫਲੋ ਹੀ ਇਲੈਕਟ੍ਰਿਸਿਟੀ ਦਾ ਮੂਵ ਕਰ ਸਕਦਾ ਹੈ ਜਿਨ੍ਹਾਂ ਨੂੰ ਐਜ਼ ਅ ਸੈਮੀ ਕੰਡਕਟਰ ਵੀ ਸਿਲੀਕੋਨ ਚਿਪ ਨੂੰ ਯੂਜ਼ ਕੀਤਾ ਜਾ ਸਕਦਾ ਹੈ ਇਸ ਹਿਸਾਬ ਦੇ ਨਾਲ ਜਿਹੜੀ ਸਿਲੀਕੋਨ ਚਿਪ ਹੈ ਇਹ ਸਿਲੀਕੋਨ ਬਣੀ ਸਿਲੀਕੋਨ ਦੀ ਬਣੀ ਹੁੰਦੀ ਹੈ ਇਲੈਕਟ੍ਰੋਨਿਕ ਸਰਕਟ ਨੂੰ ਇੱਕ ਸਮਾਲ ਫਲੈਟ ਪੀਸ ਦੇ ਰੂਪ ਦੇ ਵਿੱਚ ਇੱਕ ਚਿਪ ਦੇ ਉੱਤੇ ਸੈਮੀ ਕੰਡਕਟਰ ਦੇ ਰੂਪ ਦੇ ਵਿੱਚ ਤੇ ਇਨਸੂਲੇਟਰ ਦੇ ਰੂਪ ਦੇ ਵਿੱਚ ਕੰਬਾਈਨ ਕਰ ਦਿੱਤਾ ਜਾਂਦਾ ਇਸ ਸਿਲੀਕੋਨ ਚਿਪ ਦੇ ਉੱਤੇ ਨੈਕਸਟ ਆ 4 ਜਨਰੇਸ਼ਨ ਕੰਪਿਊਟਰ ਵਿਦ ਲਾਰਜ ਸਕੇਲ ਇੰਟੀਗ੍ਰੇਟਡ ਸਰਕਟ ਜਿਹਨੂੰ ਐਲਐਸਟੀ ਕਹਿੰਦੇ ਨੇ ਇਨ ਪਲੇਸ ਆਫ ਆਈਸੀ ਆਈਸੀ ਦੀ ਥਾਂ ਤੇ ਫਿਰ ਐਲਐਸਟਸ ਆ ਗਏ ਲਾਰਜ ਸਕੇਲ ਇੰਟੀਗ੍ਰੇਟਡ ਸਰਕਟ ਇਹਦੇ ਵਿੱਚ ਜਿਵੇਂ ਮੈਂ ਦੱਸਿਆ ਸੀ 3rd ਜਨਰੇਸ਼ਨ ਕੰਪਿਊਟਰ ਚ ਇੱਕ ਸਿਲੀਕਨ ਚਿਪ ਦੇ ਉੱਤੇ 20 트랜ਜ਼ਿਸਟਰ ਇਹਦੇ ਵਿੱਚ ਕੀ ਹੋਣ ਲੱਗਿਆ ਕਿ 5000 트랜ਜ਼ਿਸਟਰ ਇੱਕ ਸਿੰਗਲ ਸਰਕਟ ਚਿਪ ਦੇ ਉੱਤੇ ਜਿਹੜੀ ਸਿਲੀਕਨ ਚਿਪ ਸੀ ਉਹਦੇ ਉੱਤੇ ਲਗਾ ਦਿੱਤੇ ਗਏ 5000 ਵੀ ਤੋਂ 5000 4th ਜਨਰੇਸ਼ਨ ਕੰਪਿਊਟਰ ਦਾ ਜਿਹੜਾ ਪੀਰੀਅਡ ਆਮ ਤੌਰ ਤੇ 1972 ਤੋਂ 89 ਤੱਕ ਦਾ ਮੰਨਿਆ ਜਾਂਦਾ ਬਟ ਇਟ ਮੇ ਵੈਰੀ ਫਰੋਮ ਬੁక్స్ ਟੂ ਬੁక్స్ ਫਰੋਮ ਕੰਟੈਂਟ ਟੂ ਕੰਟੈਂਟ ਇੱਕ ਚਿਪ ਤੇ ਲਗਭਗ 5000 트랜ਜ਼ਿਸਟਰ ਤੇ ਹੋਰ ਸਰਕਟ ਐਲੀਮੈਂਟ ਜੁੜੇ ਹੋਏ ਹੁੰਦੇ ਨੇ ਇਸ ਕਰਕੇ ਦਾ ਨਾਮ ਵੀ ਵੈਰੀ ਲਾਰਜ ਸਕੇਲ ਇੰਟੀਗ੍ਰੇਟਿਡ ਸਰਕਟ ਰੱਖਿਆ ਗਿਆ V S L I ਵੈਰੀ ਲਾਰਜ ਸਕੇਲ ਇੰਟੀਗ੍ਰੇਟਿਡ ਸਰਕਟ ਯਾਦ ਰੱਖਿਓ ਇਹਨੂੰ ਇਹਦੇ ਵਿੱਚ ਸਿੰਗਲ ਚਿਪ ਦੇ ਉੱਤੇ ਬਹੁਤ ਸਾਰੇ ਸੈਮੀ ਕੰਡਕਟਰਸ ਲਗਾਏ ਗਏ 4 ਜਨਰੇਸ਼ਨ ਕੰਪਿਊਟਰ ਦੇ ਉੱਤੇ 4 ਜਨਰੇਸ਼ਨ ਕੰਪਿਊਟਰ ਬਿਕਮ ਮੋਰ ਪਾਵਰਫੁਲ ਮੋਰ ਕੰਪੈਕਟ ਮੋਰ ਲਾਈਵਰ ਮੋਰ ਅਫੋਰਡੇਬਲ ਐਜ਼ ਅ ਰਿਜ਼ਲਟ ਦਾ ਰਾਈਜ਼ ਟੂ ਪਰਸਨਲ ਕੰਪਿਊਟਰ ਪ੍ਰੂਵਸ ਐ ਰੈਵਿਊਸ਼ਨ ਇਨ ਦਾ ਫੀਲਡ ਆਫ ਕੰਪਿਊਟਰ ਡਵੈਲਪਮੈਂਟ ਇਹ ਤੁਹਾਡੇ ਸਾਹਮਣੇ 4 ਜਨਰੇਸ਼ਨ ਕੰਪਿਊਟਰ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਆਪਣੇ ਵਾਲੇ ਵਾਲੇ ਦੇ ਕੰਪਿਊਟਰ ਵੀ ਦਿਖਣ ਲੱਗੇ ਹੋਣਗੇ 4th ਜੀਆ ਸਟੂਡੈਂਟ ਉਹਨਾਂ ਮੈਂ ਦੱਸਦਾ ਦੋਸਤੋ ਜਿਹੜੇ 25 30 ਸਾਲ ਤੋਂ ਲਗਾਤਾਰ ਕੰਪਿਊਟਰ ਸਾਨੂੰ ਦੇਖਣ ਦੇ ਮਿਲ ਰਹੇ ਜਿਨ੍ਹਾਂ ਨੂੰ ਅਸੀਂ ਪੀਸੀ ਕਹਿੰਦੇ ਆ ਪਰਸਨਲ ਕੰਪਿਊਟਰ ਪਰਸਨਲ ਕੰਪਿਊਟਰ ਦਾ ਕਨਸੈਪਟ ਆਈ 4th ਜਨਰੇਸ਼ਨ ਕੰਪਿਊਟਰ ਤੋਂ ਬਾਅਦ ਐਗਜ਼ਿਸਟੈਂਸ ਦੇ ਵਿੱਚ ਹੈ 4th ਜਨਰੇਸ਼ਨ ਕੰਪਿਊਟਰ ਦੇ ਵਿੱਚ ਕਿਉਂਕਿ ਸਾਰਾ ਕੁਝ ਕੰਬਾਈਨ ਕਰਤਾ ਅਫੋਰਡੇਬਲ ਬਣਾਤਾ ਕੰਪੈਕਟ ਕਰਤਾ ਜ਼ਿਆਦਾ ਤਾਕਤਵਰ ਬਣਿਆ ਜ਼ਿਆਦਾ ਇਸ ਕੈਪੈਸਿਟੀ ਵਧੀ ਡ ਤਾਂ ਹੀ ਕੇ ਰੈਵੋਲੂਸ਼ਨ ਸੀ ਤੇ ਪੀਸੀ ਜਿਹੜੇ ਪਰਸਨਲ ਕੰਪਿਊਟਰ ਨੇ ਉਹਦੇ ਵਾਸਤੇ ਕ੍ਰਾਂਤੀਕਾਰੀ ਸਟੈਪ ਸੀ ਲਾਸਟ ਵਨ ਇਜ਼ 5th ਜਨਰੇਸ਼ਨ ਆਫ ਕੰਪਿਊਟਰ ਐਟ ਪ੍ਰੈਸੈਂਟ ਐਂਡ ਆਫਟਰ ਵਰਕ ਇਜ਼ ਗੋਇੰਗ ਆਨ ਜੀ 6 ਯਸ 5th ਜਨਰੇਸ਼ਨ ਕੰਪਿਊਟਰ ਅੱਜ ਕੱਲ ਦੇ ਕੰਪਿਊਟਰ ਨੇ ਤੇ ਜੀ 6 ਵਾਸਤੇ ਵੀ ਕੰਮ ਨਾਲ ਸ਼ੁਰੂ ਹੋ ਚੁੱਕਾ ਹੈ ਜਿੱਥੇ ਵਰਚੁਅਲ ਕੰਪਿਊਟਰਸ ਦੀ ਅਸੀਂ ਗੱਲ ਕਰਦੇ ਹਾਂ ਜਿਹੜੀ 4th ਜਨਰੇਸ਼ਨ ਕੰਪਿਊਟਰ ਸੀ ਇਹਦੇ ਵਿੱਚ ਪ੍ਰੋਬਲਮ ਸੀ ਨੋ ਇੰਟੈਲੀਜੈਂਸ ਇਜ਼ देयर ਸੋ ਐਕਸਪਰਟਸ ਆਰ ਵਰਕਿੰਗ ਔਨ ਜੀ ਫਾਈਵ ਲਗਾਤਾਰ ਜੀ ਫਾਈਵ 'ਤੇ ਹੁਣ ਵੀ ਕੰਮ ਕਰ ਕਰ ਰਹੇ ਨੇ ਜੀ ਫਾਈਵ ਦੇ ਵਿੱਚ ਮੇਨ ਚੀਜ਼ ਜਿਸ 'ਤੇ ਵਰਕਆਊਟ ਕੀਤਾ ਜਾਂਦਾ ਦੈਟ ਇਜ਼ ਕੀਤਾ ਜਾ ਰਿਹਾ ਦੈਟ ਇਜ਼ ਆਰਟੀਫਿਸ਼ਲ ਇੰਟੈਲੀਜੈਂਸ ਕਿ ਕੰਪਿਊਟਰ 'ਚ ਬੁੱਧੀ ਨਹੀਂ ਹੈ ਆਰਟੀਫਿਸ਼ਲ ਇੰਟੈਲੀਜੈਂਸ ਕਿਉਂ ਨਹੀਂ ਪੈਦਾ ਕੀਤੀ ਜਾ ਸਕਦੀ ਇਹਦੇ ਉੱਤੇ ਕੰਮ ਚੱਲ ਰਿਹਾ ਇਹਦੇ ਉੱਤੇ ਬਹੁਤ ਕੰਮ ਹੋ ਵੀ ਚੁੱਕਿਆ ਬਟ ਲੋਟ ਰਿਮੇਨਸ ਟੂ ਡੂ ਐਂਡ ਸਟਿਲ ਇਨ ਪ੍ਰੋਸੈਸਿੰਗ ਐਂਡ ਇਟ ਇਜ਼ ਸਟਿਲ ਅੰਡਰ ਰਿਸਰਚ ਐਂਡ ਡਿਵੈਲਪਮੈਂਟ ਕੋਨਸੈਪਟ ਕੁਝ ਐਪਲੀਕੇਸ਼ਨਸ ਨੇ ਜਿਹੜੀਆਂ ਪ੍ਰੈਕਟੀਕਲ ਹੋ ਸਕੀਆਂ ਵਾਇਸ ਰਿਕਗਨੀਸ਼ਨ ਐਂਡ ਪੈਟਰਨ ਰਿਕਗਨੀਸ਼ਨ ਤੁਸੀਂ ਇੱਕ ਚੀਜ਼ ਦੇਖੋ ਰੋਬੋਟਿਕ ਗੇਮ ਪਲੇਇੰਗ ਇਹ 5th ਜਨਰੇਸ਼ਨ ਦੇ ਕੰਪਿਊਟਰਸ ਅਸੀਂ ਸਾਰੇ ਦੇਖ ਰਹੇ ਹਾਂ ਐਕਸਪਰਟਸ ਲਗਾਤਾਰ ਇਹਨੂੰ ਰੀਅਲ ਲਾਈਫ ਸਿਚੁਏਸ਼ਨ ਦੇ ਅਕੋਰਡਿੰਗਲੀ ਇਹਨਾਂ ਕੰਪਿਊਟਰਸ ਨੂੰ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ ਮੈਡੀਕਲ ਸਾਇੰਸ ਦੇ ਵਿੱਚ ਜਿਹੜੇ G5 ਨੇ 5th ਜਨਰੇਸ਼ਨ ਕੰਪਿਊਟਰ ਨੇ ਉਹਨੂੰ ਈਵਨ ਆਪਰੇਸ਼ਨ ਦੀ ਐਕਟੀਵਿਟੀਆਂ ਕਰਨ ਦੇ ਲਈ ਕਿਸੇ ਪੇਸ਼ੈਂਟ ਦਾ ਆਪਰੇਸ਼ਨ ਕਰਨਾ ਹੈ ਇਸ ਤੋਂ ਇਲਾਵਾ ਨਵੀਆਂ ਰਿਸਰਚਸ ਕਰਨ ਦੇ ਲਈ ਫਰਸਟ ਜਨਰੇਸ਼ਨ ਕੰਪਿਊਟਰ ਯੂਜ਼ ਕੀਤੇ ਜਾ ਰਹੇ ਨੇ ਬਿਕੋਜ਼ ਉਹਨਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਨਸੈਪਟ ਪੈਦਾ ਕੀਤਾ ਗਿਆ ਰੋਬੋਟਿਕ ਇਮਪੈਕਟ ਪੈਦਾ ਕੀਤਾ ਗਿਆ ਇਹ ਸਾਰਾ ਜਿਹੜਾ 5th ਜਨਰੇਸ਼ਨ ਕੰਪਿਊਟਰਸ ਦੇ ਵਿੱਚ ਬਹੁਤ ਕੁਝ ਹੋ ਚੁੱਕਿਆ ਤੇ ਬਹੁਤ ਕੁਝ ਅਜੇ ਕੀਤਾ ਜਾਣਾ ਬਾਕੀ ਹੈ ਸਾਡੇ ਸਾਹਮਣੇ ਜੋ ਅੱਜ ਦੇ ਕੰਪਿਊਟਰ ਨੇ ਉਹ 5th ਜਨਰੇਸ਼ਨ ਕੰਪਿਊਟਰ ਨੇ ਮੇਨ ਫੀਚਰਸ ਕੀ ਨੇ 5th ਜਨਰੇਸ਼ਨ ਕੰਪਿਊਟਰ ਦੀਆਂ ਕਿ ਇਹਦੇ ਵਿੱਚ ਟਰੂ ਆਰਟੀਫੀਸ਼ੀਅਲ ਇੰਟੈਲੀਜੈਂਸ ਪੈਦਾ ਕੀਤੀ ਗਈ ਹੈ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਇਹਦੇ ਵਿੱਚ ਨੇ ਇਸ ਤੋਂ ਇਲਾਵਾ ਪੈਰਲਲ ਪ੍ਰੋਸੈਸਿੰਗ ਚੱਲ ਸਕਦੀ ਹੈ ਐਡਵਾਂਸਡ ਜਿਹੜੇ ਸੈਮੀ ਕੰਡਕਟਰਸ ਨੇ ਸੁਪਰ ਕੰਡਕਟਰ ਟੈਕਨੋਲੋਜੀ ਆ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮਲਟੀਮੀਡੀਆ ਫਿਲਟਰਸ ਬਹੁਤ ਵੱਡੀ ਮਾਤਰਾ ਚ ਆ ਚੁੱਕਿਆ ਨੇ ਗ੍ਰਾਫਿਕਲ ਇਫੈਕਟਸ ਆਰ देयर ਫਾਈਲ ਮੈਨੇਜਮੈਂਟ ਸਿਸਟਮ ਇਜ਼ देयर ਫਾਈਲ ਟਰਾਂਸਫਰ ਸਿਸਟਮ ਇਜ਼ ਅ ਐਪਲੀਕੇਬਲ ਇਨ ਵੈਰੀ ਇਫੈਕਟਿਵ ਵੇ ਵੈਰੀ ਪਾਵਰਫੁਲ ਕੰਪਿਊਟਰਸ ਸਸਤੇ ਪੈ ਰਹੇ ਨੇ ਬਹੁਤ ਵੱਡੀ ਇਹਨਾਂ ਦੇ ਵਿੱਚ ਜਿਹੜੀ 5th ਜਨਰੇਸ਼ਨ ਕੰਪਿਊਟਰ ਨੇ ਇਹਨਾਂ ਦੀ ਮੈਮਰੀ ਕੈਪੈਸਿਟੀ ਬਹੁਤ ਜ਼ਿਆਦਾ ਹੈ ਏ ਸੀ ਸਾਰੇ ਫਿਫਥ ਜਨਰੇਸ਼ਨ 6 ਦੇ ਉੱਤੇ ਵੀ ਕੰਮ ਚੱਲ ਰਿਹਾ ਹਜੇ 5th ਨੂੰ ਵੀ ਇੰਪਰੂਵ ਕੀਤਾ ਜਾ ਰਿਹਾ 6th ਜਨਰੇਸ਼ਨ ਕੰਪਿਊਟਰ ਆਧਿਆਨ ਵਾਲੇ ਟਾਈਮ 'ਚ ਨੇ ਜਸਟ ਅਜੇ ਸਾਡੇ ਵਾਸਤੇ ਇੱਕ ਵਰਚੁਅਲਟੀ ਹੀ ਲੱਗਦੇ ਨੇ ਵਰਚੁਅਲ ਕੰਪਿਊਟਰ ਦੀ ਟੈਕਨੀਕ ਦੇ ਉੱਤੇ ਕੰਮ ਚੱਲ ਰਿਹਾ ਪਰ ਹਜੇ G5 ਦੇ ਉੱਤੇ ਵੀ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ ਡੀਅਰ ਸਟੂਡੈਂਟਸ ਇਸ ਤਰ੍ਹਾਂ ਅਸੀਂ G1 ਤੋਂ ਲੈ ਕੇ ਗੁਜ਼ਰਦੇ ਹੋਏ ਵੈਕਿਊਮ ਟਿਊਬਸ ਵਾਲੇ ਕੰਪਿਊਟਰਸ ਦੇ ਉੱਤੇ ਪਹੁੰਚੇ ਸੈਕੰਡ ਜਨਰੇਸ਼ਨ ਦੇ ਵਿੱਚ ਫਿਰ 3rd ਜਨਰੇਸ਼ਨ ਆਏ ਜਿੱਥੇ 트랜지ਸਟਰ ਯੂਜ਼ ਹੋਏ ਨੇ ਫਿਰ ਸਿਲੀਕਨ ਚਿਪਸ ਯੂਜ਼ ਹੋਈਆਂ ਫਿਰ ਅਸੀਂ G4 ਤੇ G6 G4 ਤੇ G5 ਦੇ ਕੰਪਿਊਟਰ ਤੱਕ ਪਹੁੰਚ ਚੁੱਕੇ ਹਾਂ ਇਹ ਪ੍ਰੋਸੈਸ ਕੰਟੀਨਿਊ ਚੱਲਣ ਵਾਲਾ ਹੈ G6 ਦੇ ਉੱਤੇ ਵੀ ਕੰਮ ਚੱਲ ਰਿਹਾ ਹੈ G5 ਨੂੰ ਹੋਰ ਇੰਪਰੂਵ ਕੀਤਾ ਜਾ ਰਿਹਾ ਹੈ ਦੈਟ ਇਜ਼ 올 ਅਬਾਊਟ ਦਾ ਹਿਸਟਰੀ ਆਫ ਕੰਪਿਊਟਰ ਟੈਲ ਨਾਓ ਆਈ ਥਿੰਕ ਦਾ ਹਾਲ ਕਨਸੈਪਟ ਇਜ਼ ਕੁਆਇਟ ਕਲੀਅਰ ਸਮਝ ਗਏ ਹੋਗੇ ਇਸ ਤੋਂ ਇਲਾਵਾ ਇਸ ਕੰਟੈਂਟ ਨਾਲ ਰਿਲੇਟਡ ਜੋ ਰਿਮੇਨਿੰਗ ਪਾਰਟ ਹੈ ਇਸ ਕੰਟੈਂਟ ਨਾਲ ਰਿਲੇਟਡ ਨੈਕਸਟ ਵੀਡੀਓ ਦੇ ਵਿੱਚ F4 F ਮੀਨਸ ਫੰਡਮੈਂਟਲਜ਼ ਆਫ ਈ-ਬਿਜ਼ਨਸ ਨਾਲ ਰਿਲੇਟਡ ਵੀਡੀਓਜ਼ ਨੇ ਉਹਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਆਲਰੇਡੀ ਬਹੁਤ ਸਾਰੀਆਂ ਵੀਡੀਓਜ਼ ਅਕਾਊਂਟੈਂਸੀ ਇਕਨੋਮਿਕਸ ਤੇ ਕਮਰਸ ਤੇ ਮੋਟੀਵੇਸ਼ਨਲ ਸਬਜੈਕਟਸ ਦੇ ਉੱਤੇ ਆਲਰੇਡੀ ਇਸ ਚੈਨਲ ਦੇ ਉੱਤੇ ਨੇ ਤੁਸੀਂ ਉਹਨਾਂ ਨੂੰ ਦੇਖੋ ਨਵੀਆਂ ਵੀਡੀਓਜ਼ ਆਣਗੀਆਂ ਉਹਨਾਂ ਦਾ ਵੀ ਇੰਤਜ਼ਾਰ ਕਰੋ ਥੈਂਕ ਯੂ ਵੈਰੀ ਮੱਚ